ਉਸ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਕਾਂਗਰਸ ਨੂੰ ਲੱਗਾ ਇੱਕ ਹੋਰ ਵੱਡਾ ਚਟਕਾ ਇਸ ਮਸ਼ਹੂਰ ਲੀਡਰ ਨੇ ਦਿੱਤਾ ਰਾਤੋ ਰਾਤ ਅਸਤੀਫਾ ਜਾਨਣ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਚੰਡੀਗੜ੍ਹ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਨੇ ਚੰਡੀਗੜ੍ਹ ਤੋਂ ਪ੍ਰਧਾਨ ਨੇ ਸੂਬੇ ਦੇ ਅਹੁਦੇ ਤੇ ਅਸਤੀਫਾ ਦੇ ਦਿੱਤਾ ਹੈ। ਸੂਬਾ ਪ੍ਰਧਾਨ ਦਾ ਅਸਤੀਫਾ ਆ ਗਿਆ ਹੈ ਜੀ ਚਾਵਲਾ ਨੇ ਸ਼ਨੀਵਾਰ ਨੂੰ ਪਾਰਟੀ ਹਾਈ ਕਮਾਂਡ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਸੁਭਾਸ਼ ਚਾਵਲਾ ਡੇਢ ਸਾਲ ਤੋਂ ਪਾਰਟੀ ਦੇ ਪ੍ਰਧਾਨ ਨੇ ਇਸ ਤੋਂ ਪਹਿਲਾਂ ਪ੍ਰਦੀਪ ਸ਼ਾਹਵੜਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸੁਭਾਸ਼ ਚਾਵਲਾ ਨੂੰ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਚਾਵਲਾ ਨੇ ਖੁਦ ਆਪਣੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ ਦੱਸਦੀ ਹੈ ਕਿ ਕਾਂਗਰਸ ਦੇ ਵਿੱਚ ਟੜੇਬੰਦੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਕਾਰਨ ਕਈ ਆਗੂ ਪਾਰਟੀ ਛੱਡ ਕੇ ਭੱਜ ਰਹੇ ਹਨ ਕਾਂਗਰਸੀ ਕਾਉਂਸਲਰ ਗੁਰਚਰਨਜੀਤ ਸਿੰਘ ਕਾਲਾ ਦੋ ਦਿਨ ਪਹਿਲਾਂ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਪਾਰਟੀ ਹਾਈ ਕਮਾਂਡ ਨੇ ਪਿਛਲੇ ਸਾਲ ਸੁਭਾਸ਼ ਛਾਵਲਾ ਨੂੰ ਸੂਬਾ ਪ੍ਰਧਾਨ ਬਣਾਇਆ ਸੀ ਜਿਸ ਸਮੇਂ ਉਸ ਨੂੰ ਹਟ ਪ੍ਰਦੀਪ ਛਾਵੜਾ ਨੂੰ ਪ੍ਰਧਾਨ ਦੇਉ ਤੇ ਤੋਟਾ ਦਿੱਤਾ ਗਿਆ ਸੀ ਭਾਜਪਾ ਪਾਰਟੀ ਹਾਈ ਕਮਾਂਡ ਤੋਂ ਨਰਾਜ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸਨ ਪਿਛਲੇ ਸਾਲ ਦਸੰਬਰ ਵਿੱਚ ਹੋਈਆਂ ਨਗਰ ਨਿਗਮੀਆਂ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਬਹੁਤ ਮਾੜਾ ਸੀ ਕਾਂਗਰਸ 35 ਦੇ ਵਿੱਚੋਂ 8 ਸੀਟਾਂ ਕੱਢ ਸਕੇ ਸੀ ਇਹਨਾਂ 8 ਕੌਂਸਲਰਾਂ ਵਿੱਚੋਂ 2 ਕੌਂਸਲਰ ਪਾਰਟੀ ਛੱਡ ਕੇ ਭਾਜਪਾ ਤੋਂ ਸ਼ਾਮਲ ਹੋ ਗਏ ਨੇ ਕਈ ਪਾਰਟੀ ਆਗੂ ਨੇ ਚਾਵਲਾ ਤੇ ਪਾਰਟੀ ਦੀ ਚੰਗੀ ਕਰਗੁਜ਼ਾਰੀ ਨਾ ਕਰਨ ਦੀ ਵਧ ਰਹੀ ਧੜੇਬੰਦੀ ਦਾ ਵੀ ਦੋਸ਼ ਲਾਇਆ ਹੈ ਦੱਸ ਦिए 2 ਦਿਨ ਪਹਿਲਾਂ ਹੀ ਇੰਟਰਨੈਟ মিডিਆ ਤੇ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ ਤੇ ਭਾਜਪਾ ਨੇਤਾ ਦਵਿੰਦਰ ਸਿੰਘ ਬਬਲਾ ਵਿਚਾਲੇ ਜ਼ਬਾਨੀ ਝਗੜਾ ਹੋ ਗਿਆ ਸੀ ਪਿਛਲੇ ਹਫਤੇ ਸੈਕਟਰ 36 ਵਿੱਚ ਕਾਂਗਰਸ ਦੇ ਚਿੰਤਨ ਸ਼ਿਵਰ ਨੇ ਸੁਭਾਸ਼ ਚਾਵਲਾ ਨੇ ਪਾਰਟੀ ਇੰਚਾਰਜ ਹਰੀ ਚੌਧਰੀ ਨੂੰ ਕਿਹਾ ਜੇਕਰ ਪ੍ਰਧਾਨ ਦੇ ਅਹੁਦੇ ਤੇ ਕੋਈ ਬਿਹਤਰ ਵਿਕਲਪ ਮਿਲਦਾ ਤਾਂ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ